ਜਿਹੜੇ ਨਵਜੋਤ ਸਿੰਘ ਸਿੱਧੂ ਇੱਥੇ ਪਹੁੰਚੇ ਸੀ ਅਤੇ ਉਹਨਾਂ ਵੱਲੋਂ ਇਸ ਬੱਸ ਨੂੰ ਜਿਹੜਾ ਵਾ ਉਹ ਬੰਦ ਕਰ ਦਿੱਤਾ ਗਿਆ ਕਿ ਅੱਜ ਤੋਂ ਬਾਅਦ ਇਹ ਬੱਸ ਨਹੀਂ ਚੱਲੇਗੀ। ਅਤੇ ਜਿਹੜੇ ਪਰਿਵਾਰ ਵਿੱਚ ਘਿਰੇ ਖਲੋਤੇ ਆ, ਡੁੱਬੇ ਖਲੋਤੇ ਆ, ਉਹਨਾਂ ਨੂੰ ਇਹ ਬੇੜੀ 'ਤੇ ਬਾਹਰ ਕੇ ਬਾਹਰ ਕੱਢਿਆ ਜਾਵੇ। ਇਹ ਤਾਂ ਸਰਕਾਰ ਕਰ ਸਕਦੀ ਹੈ ਨਾ, ਕਿਸੇ ਤੋਂ ਮਹਿਕਮੇ ਦੀ ਡਿਊਟੀ ਲਾ ਕੇ ਇਹਨੂੰ ਬਾਹਰ ਲੈ ਜਾਣ ਉੱਧਰ। ਅਕਾਲੀ ਕਾਂਗਰਸ ਤਾਂ ਚਲੋ ਬਾਅਦ ਦੀਆਂ ਗੱਲਾਂ ਨੇ, ਇਹ ਬੇੜੀ ਦੇ ਵਰਤਣ ਵਾਸਤੇ ਹੈਗੀ ਹੈ ਨਾ, ਇਹ ਤਾਂ ਨਹੀਂ ਨਾ ਕੋਈ ਅਕਾਲੀਆਂ ਦੀ ਜੇ ਬਣਾ ਹੀ ਦਿੱਤੀ ਅਕਾਲੀਆਂ ਤਾਂ ਇਹਨੂੰ ਵਰਤ ਲੈਣਾ। ਇਹਨੂੰ ਸਾਰੀ ਜੰਗਾਲ ਵੇਖੋ, ਜਾ ਕੇ ਜੰਗਾਲ ਖਾ ਗਿਆ ਇਹਨੂੰ, ਅਤੇ ਇਹਨਾਂ ਨੂੰ ਚਾਹੀਦਾ ਵਰਤ ਲੈਣ। ਇਹ ਬੱਸ ਅੰਦਰ ਖੜੀ ਹੈ, ਬੰਦ ਹੈ, ਸਿੱਧੂ ਸਾਹਿਬ ਬੰਦ ਕਰਕੇ। ਅਸੀਂ ਇਸ ਟਾਈਮ ਖੜ੍ਹੇ ਹਾਂ ਹਰੀਕੇ ਦਰਿਆ ਟੂਰਿਜ਼ਮ ਬੱਸ, ਜਿਹੜੀ ਕਿ ਪਾਣੀ ਵਾਲੀ ਬੱਸ ਦਾ ਜਿਹੜਾ ਕਿ ਸਟਾਰਟ ਕਰਨ ਵਾਸਤੇ ਸਟਾਰਟ ਕੀਤੀ ਗਈ ਸੀ। ਇਹ ਉਹ ਜਗ੍ਹਾ ਵਾ ਜਿੱਥੇ ਕਿ ਪੂਰਾ ਬਣਾਇਆ ਗਿਆ ਸੀ ਕਿ ਇੱਥੇ ਪਾਣੀ ਵਾਲੀ ਬੱਸ ਜਦੋਂ ਖੜ੍ਹੇਗੀ ਇੱਥੋਂ ਸਾਰੀ ਜਿਹੜੀ ਹੈ ਸਵਾਰੀਆਂ ਬੈਠ ਕੇ ਆਪਣਾ ਸਿੱਧਾ ਇੱਥੋਂ ਦਰਿਆ ਦੇ ਜਿਹੜਾ ਕਿ ਅੰਦਰ ਲੈ ਜਾਣਗੇ, ਉਹ ਇੱਥੋਂ ਅੰਦਰ ਲੈ ਜਾਣ ਵਾਸਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਉਹਨਾਂ ਵੱਲੋਂ ਇਸ ਦਾ ਉਦਘਾਟਨ ਜਿਹੜਾ ਅਸੀਂ ਤੁਹਾਨੂੰ ਦਿਖਾਉਣਾ ਚਾਹੁੰਦੇ ਹਾਂ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਮਾਨ ਪੰਜਾਬ ਨੇ ਮਿਤੀ 12 ਦਸੰਬਰ 2016 ਨੂੰ ਇੱਥੇ ਜਿਹੜਾ ਉਹ ਉਦਘਾਟਨ ਕੀਤਾ ਸੀ ਅਤੇ ਬੱਸ ਦੀ ਜਿਹੜੀ ਸ਼ੁਰੂਆਤ ਕੀਤੀ ਗਈ, ਖੁਦ ਉਹਨਾਂ ਨੇ ਉਸ ਬੱਸ ਵਿੱਚ ਬੈਠ ਕੇ ਝੂਟਾਂ ਵੀ ਲਿੱਤਾ ਗਿਆ। ਅਸੀਂ ਹੁਣ ਤੁਹਾਨੂੰ ਇਸ ਚੀਜ਼ ਦਾ ਦੱਸਣਾ ਚਾਹੁੰਦੇ ਹਾਂ ਕਿ ਜਿਸ ਤਰ੍ਹਾਂ ਕਿ ਪੰਜਾਬ ਦੇ ਵਿੱਚ ਦੇਖਣ ਨੂੰ ਮਿਲਿਆ ਕਿ ਹੜ੍ਹ ਦੀ ਜਿਹੜੀ ਸਥਿਤੀ ਬਣੀ ਹੋਈ ਹੈ ਅਤੇ ਪੰਜਾਬ ਦੇ ਵਿੱਚ ਹੜ੍ਹ ਆਏ ਨੇ ਅਤੇ ਬੇੜੀਆਂ ਦਾ ਅਗਰ ਵੇਖਿਆ ਜਾਵੇ ਤਾਂ ਬਹੁਤ ਜ਼ਿਆਦਾ ਕਮੀ ਜਿਹੜੀ ਪਾਈ ਜਾ ਰਹੀ ਹੈ। ਅਗਰ ਅੱਜ ਉਹ ਬੱਸ ਜਿਹੜੀ ਇੱਥੇ ਕਿ ਬੰਦ ਕਰਕੇ ਉਸ ਕਮਰੇ ਵਿੱਚ ਰੱਖੀ ਹੋਈ ਹੈ, ਅਗਰ ਉਹ ਬੱਸ ਹੁੰਦੀ ਤਾਂ ਹੋ ਸਕਦਾ ਸੀ ਜਿਹੜੀ ਜਨਤਾ ਵਾ, ਜਿਹੜੇ ਲੋਕ ਦਰਿਆਵਾਂ ਵਿੱਚ ਫਸੇ ਨੇ, ਆਪਣੇ ਘਰਾਂ ਵਿੱਚ ਕੋਠਿਆਂ 'ਚ ਫਸੇ ਨੇ, ਉਹਨਾਂ ਦੇ ਵਾਸਤੇ ਇਹ ਬੱਸ ਬਹੁਤ ਹੀ ਇੱਕ ਇੰਪੋਰਟੈਂਟ ਸੀ, ਉਹਨਾਂ ਨੂੰ ਬਾਹਰ ਕੱਢ ਕੇ ਲਿਜਾ ਸਕਦੀ ਕਿ ਅੱਜ ਇਸ ਬੱਸ ਦੀ ਬਹੁਤ ਜ਼ਿਆਦਾ ਜ਼ਰੂਰਤ ਪੈ ਗਈ ਹੈ। ਕਿਉਂਕਿ ਅਗਰ ਇਹ ਬੱਸ ਪਾਣੀ ਉੱਥੇ ਪਹੁੰਚਦੀ ਹੜ੍ਹਾਂ ਦੇ ਵਿੱਚ ਜਾਂਦੀ, ਕਿਉਂਕਿ ਉਹਨਾਂ ਦੇ ਬੈਠਣਾ ਇਕੱਠੇ ਬੈਠ ਸਕਦੇ ਸੀ, ਲਿਜਾ ਸਕਦੇ ਸੀ, ਅੱਜ ਇਸ ਬੱਸ ਨੂੰ ਵੇਖਿਆ ਜਾਵੇ ਤਾਂ ਇਹ ਬੜੀ ਅਹਿਮੀਅਤ ਮਿਲ ਚੁੱਕੀ ਹੈ। ਮੰਨਦੇ ਲੋਕ ਕਿ ਇਹ ਬੱਸ ਹੋਣੀ ਬਹੁਤ ਜ਼ਰੂਰੀ ਹੈ, ਤੁਹਾਨੂੰ ਉਹ ਵੀ ਚੀਜ਼ ਦਿਖਾਵਾਂਗੇ ਕਿ ਜਿਸ ਜਗ੍ਹਾ ਉੱਤੇ ਬੱਸ ਵਾ ਜਿਹੜੀ ਇੱਥੇ ਬੰਦ ਪਈ ਹੋਈ ਹੈ। ਇੱਥੇ ਇਹ ਦੱਸਣਾ ਚਾਹੁੰਦੇ ਹਾਂ ਕਿ ਜਿਹੜੀ ਕਾਂਗਰਸ ਸਰਕਾਰ, ਜਿਹੜੇ ਨਵਜੋਤ ਸਿੰਘ ਸਿੱਧੂ ਇੱਥੇ ਪਹੁੰਚੇ ਸੀ ਅਤੇ ਉਹਨਾਂ ਵੱਲੋਂ ਇਸ ਬੱਸ ਨੂੰ ਜਿਹੜਾ ਵਾ ਉਹ ਬੰਦ ਕਰ ਦਿੱਤਾ ਗਿਆ ਕਿ ਅੱਜ ਤੋਂ ਬਾਅਦ ਇਹ ਬੱਸ ਨਹੀਂ ਚੱਲੇਗੀ। ਟੂਰਿਜ਼ਮ ਵਿਭਾਗ ਜਿਹੜਾ ਇੱਥੇ ਜਿਹੜਾ ਸਟਾਰਟ ਕੀਤਾ ਜਾਵੇਗਾ, ਜਿਹੜੇ ਬੇੜੀਆਂ ਚੱਲਣਗੀਆਂ, ਲੋਕ ਆਉਣਗੇ, ਪਰ ਜਿਹੜੀ ਇੱਥੇ ਬੱਸ ਦੀ ਜਿਹੜੀ ਕਮੀ ਮਹਿਸੂਸ ਅੱਜ ਕੀਤੀ ਜਾ ਰਹੀ ਹੈ, ਇਹ ਜਗ੍ਹਾ 'ਤੇ ਅਸੀਂ ਤੁਹਾਨੂੰ ਗਲੋਬਲ ਪੰਜਾਬ ਟੀਵੀ ਜ਼ਰੀਏ ਦਿਖਾ ਰਹੇ ਹਾਂ ਕਿ ਇਹ ਅਗਰ ਬੱਸ ਜਿੱਥੇ ਹੜ੍ਹ ਆਏ ਨੇ, ਲੋਕਾਂ ਦੇ ਮੁਸੀਬਤਾਂ ਬਣੀਆਂ ਨੇ, ਬਹੁਤ ਬੁਰੇ ਹਾਲਾਤ ਨੇ, ਬੇੜੀਆਂ ਨਹੀਂ ਮਿਲ ਰਹੀਆਂ ਇੱਥੇ ਕਿ ਹਾਲਾਂਕਿ ਨਵੀਆਂ ਬੇੜੀਆਂ ਦਾ ਵੇਖਿਆ ਜਾਵੇ ਅਗਰ ਬਣੀਆਂ ਪਈਆਂ, ਅਗਰ ਤਿਆਰ ਕਰਕੇ ਇਹੋ ਬੇੜੀਆਂ ਉੱਧਰ ਲਿਜਾਂਦੇ ਤਾਂ ਅੱਜ ਜਿਹੜੀ ਜਨਤਾ ਮਰ ਰਹੀ ਹੈ, ਜਿਹਨਾਂ ਜਨਤਾ ਵਾਸਤੇ ਇੰਨੀ ਮੁਸ਼ਕਲ ਪੈਦਾ ਹੋ ਚੁੱਕੀ ਹੋਈ ਹੈ, ਉਹ ਮੁਸ਼ਕਲ ਨਹੀਂ ਪੈਦਾ ਹੋ ਸਕਦੀ ਸੀ, ਉਹਨਾਂ ਨੂੰ ਬੜਾ ਬਚਾਇਆ ਜਾ ਸਕਦਾ ਹੈ। ਹਾਲਾਂਕਿ ਇਸ ਚੀਜ਼ ਨੂੰ ਬਿਲਕੁਲ ਨਹੀਂ ਛੇੜਿਆ ਗਿਆ, ਨਾ ਇਹਨਾਂ ਨੂੰ ਸੋਚਿਆ ਗਿਆ ਕਿ ਇਹੋ ਬੇੜੀਆਂ ਉੱਧਰ ਜਾ ਸਕਦੀਆਂ ਸੀ। ਅਸੀਂ ਤੁਹਾਨੂੰ ਹੁਣ ਬੱਸ ਦੇ ਵੀ ਦਿਖਾਵਾਂਗੇ ਜਿਹੜੀ ਬੱਸ ਨੂੰ ਬੰਦ ਕਰਕੇ ਰੱਖਿਆ, ਅਗਰ ਬੱਸ ਨੂੰ ਬਾਹਰ ਲਿਜਾਂਦੇ ਉਸ ਨੂੰ ਪਾਣੀ ਵਿੱਚ ਉਤਾਰਦੇ ਅਤੇ ਕਾਫੀ ਜਿਹੜੇ ਪਿੰਡਾਂ ਦੇ ਪਿੰਡ ਲੋਕ ਉਹਦੇ ਵਿੱਚ ਬੈਠ ਕੇ ਉਹਨਾਂ ਨੂੰ ਬਾਹਰ ਸੁਰੱਖਿਅਤ ਜਗ੍ਹਾ 'ਤੇ ਜਿਹੜਾ ਲਿਜਾਇਆ ਜਾ ਸਕਦਾ ਸੀ। ਪੰਜਾਬ ਦੇ ਵਿੱਚ ਜੋ ਹੜ੍ਹ ਆਏ ਨੇ, ਹੜ੍ਹ ਆਉਣ ਦੇ ਕਾਰਨ ਜਿਹੜੀ ਲੋਕਾਂ ਦੇ ਉੱਤੇ ਮੁਸੀਬਤ ਜਿਹੜੀ ਹੈ ਸਭ ਤੋਂ ਜ਼ਿਆਦਾ ਜਿਹੜੀ ਹੈ ਵੇਖਣ ਨੂੰ ਮਿਲੀ ਅਤੇ ਕਮੀ ਪਾਈ ਗਈ ਬੇੜੀਆਂ ਦੀ, ਪਰ ਅਸੀਂ ਇਸ ਟਾਈਮ ਖੜ੍ਹੇ ਹਾਂ ਤੁਹਾਨੂੰ ਦਿਖਾਉਣਾ ਚਾਹੁੰਦੇ ਹਾਂ ਹਰੀਕੇ ਦਰਿਆ ਦੀ ਜਿਹੜੀ ਬੱਸ ਜਿਹੜੀ ਚਾਲੂ ਸੁਖਬੀਰ ਸਿੰਘ ਬਾਦਲ ਵੱਲੋਂ ਕੀਤੀ ਗਈ ਸੀ, ਉਹਨੂੰ ਨਵਜੋਤ ਸਿੰਘ ਸਿੱਧੂ ਵੱਲੋਂ ਬੰਦ ਕਰ ਦਿੱਤਾ ਗਿਆ ਸੀ। ਆ ਤੁਸੀਂ ਦੇਖ ਸਕਦੇ ਜੋ ਆ ਉਹ ਬੱਸ ਵਾ ਜਿਹਦੇ ਵਿੱਚ ਕਿ ਘੱਟੋ ਘੱਟ ਵੀ ਅਗਲੇ ਬੈਠਣਾ ਚਾਹੁੰਦੇ ਤਾਂ 40 ਤੋਂ 50 ਜਾਣੇ ਆ ਉਹ ਵਿੱਚ ਇਹਦੇ ਬੈਠ ਸਕਦੇ ਅਤੇ ਸੁਰੱਖਿਅਤ ਜਿਹੜੇ ਆ ਕਿ ਉਹ ਬਾਹਰ ਵੀ ਕੱਢੇ ਜਾ ਸਕਦੇ। ਅੱਜ ਇੱਥੇ ਵੇਖਣ ਨੂੰ ਮਿਲਿਆ ਇਹ ਬੱਸ ਦੀ ਅੱਜ ਕਿੰਨੀ ਜ਼ਰੂਰਤ ਹੈ, ਅਗਰ ਸਰਕਾਰ ਚਾਹੁੰਦੀ ਇਸ ਬੱਸ ਨੂੰ ਇਸ ਦੀ ਵਰਤੋਂ ਕਰਦੀ, ਜਿਹੜੇ ਲੋਕ ਫਸੇ ਨੇ ਉਹਨਾਂ ਨੂੰ ਦਰਿਆਵਾਂ 'ਚੋਂ ਬਾਹਰ ਕੱਢ ਕੇ ਉਹਨਾਂ ਸੁਰੱਖਿਅਤ ਜਗ੍ਹਾ 'ਤੇ ਲਿਜਾਂਦੀ। ਅੱਜ ਤੁਸੀਂ ਦੇਖ ਸਕਦੇ ਹੋ ਇਹਦੀ ਹਾਲਤ ਜਿਹੜੀ ਬੱਸ ਦੀ ਹੈ ਕਿੰਨੀ ਤਰਸਨਯੋਗ ਜਿਹੜੀ ਉਹ ਬਣੀ ਹੋਈ ਹੈ, ਪੂਰੀ ਤਰ੍ਹਾਂ ਇਹਦੇ ਉੱਤੇ ਜਿਹੜਾ ਜਾਲਾ ਜੰਗਾਲ ਜਿਹੜਾ ਛਾ ਚੁੱਕਾ ਹੋਇਆ ਵਾ, ਪਰ ਇਹਦੀ ਸਾਫ਼ ਸਫਾਈ ਕਰਕੇ ਇਹਦੇ ਅਗਰ ਇਸੇ ਨੂੰ ਬਾਹਰ ਲਿਆਂਦਾ ਜਾਂਦਾ ਤਾਂ ਜਿਹੜੇ ਲੋਕ ਫਸੇ ਨੇ ਉਹਨਾਂ ਨੂੰ ਬਹੁਤ ਜ਼ਿਆਦਾ ਛੇਤੀ ਤੋਂ ਛੇਤੀ ਬਾਹਰ ਕੱਢਿਆ ਜਾ ਸਕਦਾ ਸੀ। ਹੁਣ ਦੇਖਣਾ ਹੋਏਗਾ ਕਿ ਸਰਕਾਰ ਇਸ ਬੱਸ ਵੱਲ ਕਿੰਨੀ ਛੇਤੀ ਧਿਆਨ ਦਿੰਦੀ ਹੈ ਕਿ ਤਾਂ ਕਿ ਜਿਹੜੀ ਬੇੜੀ ਦੀ ਕਮੀ ਮਹਿਸੂਸ ਹੋ ਰਹੀ ਹੈ ਉਹ ਨਹੀਂ ਹੋ ਸਕਦੀ, ਇਹਦੇ 'ਚ 40-50 ਜਿਹੜੇ ਲੋਕ ਨੇ ਉਹ ਬੈਠ ਕੇ ਸੁਰੱਖਿਅਤ ਜਗ੍ਹਾ 'ਤੇ ਬਾਹਰ ਆ ਸਕਦੇ ਹਨ। ਜੋ ਵੇਖਣ ਨੂੰ ਮਿਲਿਆ ਸਰਕਾਰ ਦੇ ਕੋਲ ਬੇੜੀਆਂ ਦਾ ਅਰੇਂਜਮੈਂਟ ਜਿਹੜਾ ਨਹੀਂ ਹੋ ਪਾ ਰਿਹਾ, ਲੋਕਾਂ ਨਾਲ ਗੱਲਬਾਤ ਕਰਨਾ ਚਾਹੁੰਦੇ ਹਾਂ ਕਿ ਜੇ ਬੇੜੀਆਂ ਦਾ ਅਰੇਂਜਮੈਂਟ ਨਹੀਂ ਹੋ ਪਾ ਰਿਹਾ ਤਾਂ ਤੁਸੀਂ ਬੱਸ ਬਾਰੇ ਇਹਦੇ ਬਾਰੇ ਕੀ ਜਾਣਕਾਰੀ ਦੇਣਾ ਚਾਹੁੰਦੇ ਜੀ? ਬਲਦੇਵ ਸਿੰਘ ਜੀ, ਲੋਕਾਂ ਨੂੰ ਬੇੜੀਆਂ ਸਰਕਾਰ ਵੱਲੋਂ ਨਹੀਂ ਮੁਹੱਈਆ ਹੋ ਪਾ ਰਹੀ ਅਤੇ ਉੱਥੇ ਬੱਸ ਲੱਗੀ ਆ, ਇਹਦੇ 40-50 ਜਣਿਆਂ ਦੀ ਸਮਰੱਥਾ ਕੀ ਬੈਠ ਸਕਦੇ ਆ, ਕੀ ਮੰਨਣਾ ਤੁਹਾਡਾ? ਅਸੀਂ ਤਾਂ ਇਹ ਬੇਨਤੀ ਕਰਦੇ ਵੀ ਇਹਨੂੰ ਬਾਹਰ ਕੱਢਣ, ਇਹ ਜਿਹੜੇ ਪਰਿਵਾਰ ਵਿੱਚ ਘਿਰੇ ਖਲੋਤੇ ਆ, ਡੁੱਬੇ ਖਲੋਤੇ ਆ, ਉਹਨਾਂ ਨੂੰ ਇਹ ਬੇੜੀ 'ਤੇ ਬਾਹਰ ਕੇ ਬਾਹਰ ਕੱਢਿਆ ਜਾਵੇ, ਨਾਲੇ ਇਹ ਚਾਲੂ ਹੋ ਜੂਗੀ। ਸਾਡੀ ਤਾਂ ਇਹ ਸਰਕਾਰ ਨੂੰ ਬੇਨਤੀ ਆ, ਚਲੋ ਭਾਵੇਂ ਅਕਾਲੀਆਂ ਬਣਾਈਆਂ, ਕਾਂਗਰਸ ਨੇ ਬਣਾਈਆਂ, ਹੈਗੀ ਤਾਂ ਬੇੜੀ ਹੈ ਨਾ, ਇਹਨੂੰ ਉੱਥੇ ਲਿਜਾਇਆ ਜਾਵੇ। ਆ ਇੰਨੇ ਪਿੰਡ ਡੁੱਬੇ ਆ, ਭਰੋ ਵਾਲਾ ਦਾਰੇ ਵਾਲਾ ਸਾਰਾ ਡੁੱਬਾ ਫਿਰਦਾ, ਇਹਨੂੰ ਬੇੜੀ ਨੂੰ ਬਾਹਰ ਲੈ ਜਾਣ।
ਪਰ ਇੱਕ ਚੀਜ਼ ਦੇਖਣ ਨੂੰ ਮਿਲੀ ਹੈ ਕਿ ਜਿਵੇਂ ਹੁਣ ਬੱਸ ਇਹ ਬੰਦ ਪਈ ਹੋਈ ਆ, ਕਿਸੇ ਕੰਮ ਤਾਂ ਹੈਗੀ ਨਹੀਂ, ਜੇ ਅਗਰ ਇਸ ਨੂੰ ਚਲਾਇਆ ਜਾਣ ਤਾਂ ਇਹਦੇ 'ਚ ਕਿੰਨੀਆਂ ਨੇ ਬੈਠ ਸਕਦੇ? ਜੀ 40-50 ਬੰਦੇ ਤਾਂ ਬੈਠ ਜਾਣਗੇ ਨਾ, ਬੜੇ ਆਰਾਮ ਨਾਲ 40-50 ਬੰਦੇ ਬਹਿਣਗੇ, ਅਤੇ ਨਾਲੇ ਜਿਹਨਾਂ ਦੇ ਕੋਈ ਤੂੜੀ ਤੰਦ ਹੈ ਨਹੀਂ ਗਾ ਉਹਨਾਂ ਵਾਸਤੇ ਆਟਾ ਕੋਈ ਚਲਿਆ ਜਾਵੇ, ਕੋਈ ਚੌਲ ਚਲੇ ਜਾਣਾ, ਇਹਨੂੰ ਬਾਹਰ ਕੱਢਿਆ ਜਾਵੇ। ਇਹ ਤਾਂ ਸਰਕਾਰ ਕਰ ਸਕਦੀ ਹੈ ਨਾ, ਕਿਸੇ ਤੋਂ ਮਹਿਕਮੇ ਦੀ ਡਿਊਟੀ ਲਾ ਕੇ ਇਹਨੂੰ ਬਾਹਰ ਲੈ ਜਾਣ ਉੱਧਰ, ਅਜੇ ਤਾਂ ਪਾਣੀ ਇੰਨਾ ਬਹੁਤ ਜ਼ਿਆਦਾ। ਇਹ ਲੋਕ ਜਿਹੜੇ ਦੱਸਦੇ ਨੇ, ਹੋਰ ਵੀ ਗੱਲ ਕਰਨਾ ਚਾਹੁੰਦੇ ਭਾਅ ਜੀ, ਤੁਸੀਂ ਕੀ ਕਹਿਣਾ ਚਾਹੁੰਦੇ ਜਿਹੜੀ ਪਾਣੀ ਲਈ ਇੱਥੇ ਬੱਸ ਬੰਦ ਵਾ ਅਤੇ ਬਾਹਰ ਵੇੜੀਆਂ ਦਾ ਅਰੇਂਜਮੈਂਟ ਨਹੀਂ ਹੋ ਰਿਹਾ, ਕੀ ਕਹਿਣਾ ਚਾਹੁੰਦੇ? ਅਸੀਂ ਵੀ ਇਹੀ ਕੌਣ ਕਹਿਣਾ ਚਾਹੁੰਦੇ, ਬੇਬੇ ਬੱਸ ਨੂੰ ਬਾਹਰ ਕੱਢੇ ਇੱਥੇ, ਜਗਾਲ ਖਾਂਦਾ ਪਿਆ ਬੱਸ ਨੂੰ, ਬੰਦੇ ਬਾਹਰ ਕੱਢੇ, ਡੁੱਬਦੇ ਜੀਆਂ ਨੂੰ ਬਾਹਰ ਕੱਢਣ। ਕਿੰਨੇ ਬੰਦੇ ਬੈਠ ਸਕਦੇ? 40-50 ਬੰਦੇ ਬੈਠ ਸਕਦੇ। ਸਰਕਾਰ ਦੇ ਕੋਲ ਬੇੜੀਆਂ ਦਾ ਅਰੇਂਜਮੈਂਟ ਨਹੀਂ ਹੁੰਦਾ ਤੇ ਇਹ ਬੱਸ ਵਧੀਆ? ਬੱਸ ਵਧੀਆ ਆਇਆ ਨਾ, ਜਗਾਲ ਇਹਦੇ ਅੰਦਰ ਖਾਣ ਲੈ ਬੈਠਾ, ਬਹੁਤ ਵਧੀਆ ਇਹਦਾ, 50 ਜੀ ਬਹਿੰਦੇ ਬੜੇ ਆਰਾਮ ਦੇ ਨਾਲ ਇਹਦੇ ਵਿੱਚ, ਇਹ ਤਾਂ ਬਹੁਤ ਮਜ਼ਬੂਤ ਬੱਸ ਆ, ਇਹਨਾਂ ਦਾ ਜਲਦੀ ਤੋਂ ਜਲਦੀ ਜਿੰਨਾ ਜਲਦੀ ਹੋਵੇ ਉਹਨਾਂ ਕੱਢ ਕੇ ਉੱਧਰ ਖੜਿਆ ਜਾ। ਇਹਦੇ ਵਿੱਚ ਚਾਹੀਦਾ ਨਹੀਂ ਸਰਕਾਰ ਨੂੰ ਕੋਈ ਇਹ ਕਿ ਅਕਾਲੀ ਆ ਜਾਂ ਕਾਂਗਰਸ, ਇਸ ਚੀਜ਼ ਨੂੰ ਕਿ ਬੰਦਿਆਂ ਨੂੰ ਬਚਾਉਣਾ ਜ਼ਰੂਰੀ, ਇਹ ਨਾ ਬੰਦਿਆਂ ਨੂੰ ਬਚਾਉਣਾ ਜ਼ਰੂਰੀ, ਅਕਾਲੀ ਕਾਂਗਰਸ ਤਾਂ ਚਲੋ ਬਾਅਦ ਦੀਆਂ ਗੱਲਾਂ ਨੇ, ਇਹ ਬੇੜੀ ਦੇ ਵਰਤਣ ਵਾਸਤੇ ਹੈਗੀ ਹੈ ਨਾ, ਇਹ ਤਾਂ ਨਹੀਂ ਨਾ ਕੋਈ ਅਕਾਲੀਆਂ ਦੀ, ਜੇ ਬਣਾ ਹੀ ਦਿੱਤੀ ਅਕਾਲੀਆਂ ਤਾਂ ਇਹਨੂੰ ਵਰਤ ਲੈਣਾ, ਭਾਵੇਂ ਕਾਂਗਰਸ ਹੀ ਵਰਤ ਲੈਣ, ਕੀ ਫਰਕ ਪੈ ਜੂਗਾ? ਨਵਜੋਤ ਸਿੰਘ ਸਿੱਧੂ ਤਾਂ ਬਿਲਕੁਲ ਬੰਦ ਕਰਕੇ ਲੋਕ ਕਰਤੀ, ਇਹ ਤਾਂ ਭਾਅ ਜੀ ਇਹਨਾਂ ਦੀਆਂ ਤਾਂ ਆਪ ਵਿੱਚ ਪਾਲਟੀਆਂ ਬਾਜੀਆਂ ਦੀਆਂ ਸਾਰੀਆਂ ਗੱਲਾਂ ਨੇ ਕਿ ਹੋ ਰਹੇ ਨੇ ਬੰਦ, ਚਲੋ ਕਰਾਤੀ ਜੋ ਹੋ ਗਿਆ, ਹੁਣ ਹਾੜਾ ਆਇਆ, ਹੁਣ ਤਾਂ ਵਰਤ ਲੈਣ, ਹੁਣ ਤਾਂ ਕੋਈ ਵਰਤਣਦਾਰ ਨੂੰ ਡਰਦੀ ਨਾ ਕੋਈ ਗੱਲ, ਕਿਸੇ ਗੱਲ ਦੀ ਲੋੜ, ਹੁਣ ਵਰਤ ਲੈਣ, ਕੋਈ ਫਰਕ ਨਹੀਂ ਪੈਂਦਾ ਇਹਨੂੰ, ਨਾਲੇ ਚਾਲੂ ਹੋਜੂਗੀ। ਹਾਂ ਇਹਨੂੰ ਸਾਰੀ ਜੰਗਾਲ ਵੇਖੋ, ਜਾ ਕੇ ਜੰਗਾਲ ਖਾ ਗਿਆ ਇਹਨੂੰ, ਅਤੇ ਇਹਨਾਂ ਨੂੰ ਚਾਹੀਦਾ ਵਰਤ ਲੈਣਾ, ਜਲਦੀ ਤੋਂ ਜਲਦੀ ਵਰਤ ਲੈਣਾ ਚਾਹੀਦਾ ਇਹਨੂੰ। ਜਿਹੜੇ ਇੱਥੇ ਦੇਖਭਾਲ ਕਰਦੇ ਨੇ ਬਾਸ ਸਿੰਘ ਨਾਲ ਗੱਲ ਕਰਨਾ ਚਾਹੁੰਦੇ ਆ, ਇਹ ਬਾਸ ਸਿੰਘ ਜੀ ਜਿਹੜੀ ਇਹ ਪਾਣੀ ਵਾਲੀ ਬੱਸ ਹੈ, ਕਿਸ ਜਗ੍ਹਾ 'ਤੇ ਖੜੀ? ਇਹ ਬੱਸ ਅੰਦਰ ਖੜੀ ਹੈ ਬੰਦ ਸਿੱਧੂ ਸਾਹਿਬ ਬੰਦ ਕਰਕੇ। ਸਿੱਧੂ ਸਾਹਿਬ ਸਿੱਧੂ, ਅਤੇ ਜਦੋਂ ਹੁਣ ਵੇਖਣ ਨੂੰ ਮਿਲਿਆ ਕਿ ਹਾੜ ਦੀ ਸਥਿਤੀ ਜਿਹੜੀ ਹੈ ਬਣੀ ਹੋਈ ਆ, ਅਤੇ ਬੜੀ ਜਿਵੇਂ ਬੇੜੀਆਂ ਦੀ ਵੀ ਕਮੀ ਪਾਈ ਜਾ ਰਹੀ, ਇੱਥੇ ਕੁਛ ਬੇੜੀਆਂ ਵੀ ਦੇਖਣ ਨੂੰ ਮਿਲੀਆਂ ਵਾ, ਬੱਸ ਵੀ ਅੰਦਰ ਬੰਦ ਪਈ ਹੋਈ ਆ, ਅਤੇ ਇਹ ਹੋ ਨਹੀਂ ਸਕਦਾ ਜੇ ਬਾਹਰ ਆ ਜਾਂਦੀ ਤਾਂ ਜਿਹੜੇ ਲੋਕ ਫਸੇ ਨੇ ਉਹਨਾਂ ਨੂੰ ਬਾਹਰ ਕੱਢਿਆ ਜਾ ਸਕਦਾ ਸੀ? ਜੇ ਚਾਲੂ ਹੁੰਦੀ ਫਿਰ ਹੀ ਆਉਂਦੀ ਬਾਹਰ, ਸਰਕਾਰ ਤਾਂ ਬੰਦ ਕਰਕੇ ਸਿੱਧੂ ਸਾਹਿਬ, ਸਿੱਧੂ ਸਾਹਿਬ ਬੰਦ ਕਰਕੇ ਜੇ ਚਾਲੂ ਹੁੰਦੀ ਫਿਰ ਬੰਦ ਲੈ ਜਾਂਦੇ, ਫਿਰ ਬਚਾਉਂਦੇ ਲੋਕਾਂ ਨੂੰ, ਅਤੇ ਹੋ ਨਹੀਂ ਸਕਦਾ ਹੁਣ ਵੀ ਜੇਕਰ ਜਿਹਨੂੰ ਇਹ ਜਿਹੜੇ ਲੋਕ ਵਾ ਜਿਹੜੇ ਫਸੇ ਨੇ, ਅਤੇ ਜੇ ਉਹਨਾਂ ਨੂੰ ਬੁਲਾਏ ਜਾਂਦੇ ਜਿਹੜੇ ਬੱਸ ਚਲਾਉਣਾ ਜਾਣਦੇ ਉਹ ਬੱਸ ਚਲਾ ਲੈਂਦੇ, ਅਤੇ ਇਹ ਕੰਮ ਆ ਸਕਦੀ ਆ? ਆ ਸਕਦੀ, ਆ ਸਕਦੀ। ਸੋ ਇਹ ਸਨ ਬੱਸ ਸਿੰਘ ਜੋ ਇੱਥੋਂ ਦੀ ਦੇਖਭਾਲ ਕਰਦੇ ਨੇ, ਉਹਨਾਂ ਦਾ ਮੰਨਣਾ ਵਾ, ਉਹ ਵੀ ਖੁਦ ਕਹਿ ਰਹੇ ਕਿ ਅਗਰ ਇਹ ਬੱਸ ਚੱਲਦੀ ਹੁੰਦੀ ਅੱਜ, ਤਾਂ ਇਹੋ ਬੱਸ ਜਿਹੜੇ ਦਰਿਆਵਾਂ 'ਚ ਲੋਕ ਫਸੇ ਨੇ ਉਹਨਾਂ ਨੂੰ ਕੱਢਣ ਵਾਸਤੇ ਬਹੁਤ ਵਧੀਆ ਇਹ ਕੰਮ ਆ ਸਕਦੀ ਸੀ। ਹੁਣ ਦੇਖਣਾ ਹੋਏਗਾ ਕਿ ਇਸ ਬੱਸ ਦਾ ਕਿੰਨੀ ਕੁ ਜਲਦ ਇਸਤੇਮਾਲ ਕਰ ਪਾਉਂਦੇ ਹਨ। ਵਿਜੇ ਕੁਮਾਰ, ਗਲੋਬਲ ਪੰਜਾਬ ਟੀਵੀ, ਹਰੀਕੇ ਪੱਤਨ।